ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਡਾਕਟਰ ਨੇ ਬਹੁਤ ਵਿਸਥਾਰ ਨਾਲ ਬਹੁਤ ਸਾਰੇ ਪਾਸਿਆਂ ਤੋਂ ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ ਅਤੇ ਹੁਣ ਡਾਕਟਰ ਸਾਹਿਬ ਕਹਿੰਦੇ ਜੇ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਹੀ ਕੈਨ ਆਨਸਰ ਇਟ ਇਟਸ ਕਲੀਅਰ ਸਰ। ਡਾਕਟਰ ਸਾਹਿਬ ਮੈਂ ਦੋ ਗੱਲ ਡਾਕਟਰ ਜਿਹੜੇ ਚੀਜ਼ ਟੈਸਟ ਦੱਸੇ ਆ ਜਾਂ ਜੇ ਟ੍ਰੀਟਮੈਂਟ ਦੱਸਿਆ ਕੋਈ ਰਿਸਕੀ ਵੀ ਇਹਨਾਂ 'ਚ ਹੈ ਟ੍ਰੀਟਮੈਂਟ ਕਰਦੇ ਹਾਂ ਜਾਂ ਟੈਸਟ ਕਰਦੇ ਹਾਂ ਕੋਈ ਮਿਸ ਹੈਪਨਿੰਗ ਹੋ ਜੇ ਅਸੀਂ ਲਿਥੋਗ੍ਰਾਫੀ ਕਰ ਰਹੇ ਹੈਗੇ ਟ੍ਰੀਟਮੈਂਟ ਦੇ ਕਾਰਨ ਕਿਸੇ ਨੂੰ ਕੋਈ ਡੈਥ ਨਹੀਂ ਹੋਈ 100% ਸੇਫਟੀ ਆਪਾਂ ਕਹੀਏ ਕੋਈ ਐਡੀ ਟ੍ਰੀਟਮੈਂਟ ਜਿਹਦੇ ਕਿ ਜ਼ੀਰੋ ਸਾਈਡ ਇਫੈਕਟ ਹੋਵੇ ਮੈਂ ਕੋਈ ਦੁਨੀਆ 'ਚ ਨਹੀਂ ਆਈ ਮੈਂ ਕਹਾਂ ਦੇ ਆਰ ਵੈਰੀ ਸੇਫ ਐਕਸਟ੍ਰੀਮਲੀ ਸੇਫ ਲੇਕਿਨ ਇਹ ਮੈਂ ਕਹਾਂ ਜ਼ੀਰੋ ਨਹੀਂ ਮੈਂ ਕਹੂੰਗਾ ਦੂਜਾ ਜੀ ਹੋਰ ਡਾਕਟਰ ਵੀ ਕਰਦੇ ਆ ਜਾਂ ਹੋਰ ਹਸਪਤਾਲ ਵੀ ਕਰਦੇ ਆ ਤੁਹਾਡੇ ਨਾਲ ਟ੍ਰੀਟਮੈਂਟ ਮੇਰਾ ਕੋਈ ਟ੍ਰੀਟਮੈਂਟ ਇੱਥੇ ਮੈਂ ਨਹੀਂ ਕਰ ਰਿਹਾ ਜਿਹੜਾ ਕਿ ਕਿਤੇ ਨਾ ਕਿਤੇ ਹੋਰ ਨਾ ਹੋ ਰਿਹਾ ਹੋਵੇ ਸਪੈਸ਼ਲੀ ਸਾਊਥ ਇੰਡੀਆ ਦੇ ਵਿੱਚ ਜ਼ਿਆਦਾ ਕਰ ਰਿਹਾ ਪਹਿਲੇ ਅਸੀਂ ਉਹ ਟੈਸਟ ਕਰਦੇ ਹਾਂ ਜਿਹੜਾ ਕਾਰਡੀਓਵੈਸਕੁਲਰ ਹੈਗਾ ਅਸੈਸ ਕਰਨ ਦੇ ਲਈ ਉਹਦੇ ਬਾਅਦ ਡਿਪੈਂਡ ਕਰਦਾ ਕਿ ਪੇਸ਼ੈਂਟ ਕਿਹੜੇ ਟ੍ਰੀਟਮੈਂਟ ਦੇ ਫਿੱਟ ਹੈਗਾ ਜਿਵੇਂ ਜੇ ਕਿਸੇ ਦਾ ਜੇ ਗੁਰਦਾ ਕਮਜ਼ੋਰ ਹੈਗਾ ਤਾਂ ACT ਨਹੀਂ ਪ੍ਰੋਪਰ ਕਿਸੇ ਦੇ ਹਾਰਟ ਦੇ ਰਿਦਮ ਨਹੀਂ ਠੀਕ ਜਾਂ ਕਿਓਟਿਕ ਵੈਲਵ ਲੀਕ ਕਰ ਰਿਹਾ ਹੈਗਾ ਤਾਂ ECP ਨਹੀਂ ਕੀਤੀ ਜਾ ਸਕਦੀ ਉਹਦੇ ਮੁਤਾਬਕ ਇਹਨਾਂ ਤਿੰਨਾਂ ਤੋਂ ਕਲੇਸ਼ਨ ਥੈਰੇਪੀ ACT ECP ਜਾਂ ESC ਆਪਾਂ ਡਿਸਾਈਡ ਕਰਦੇ ਕਿ ਇਹਨਾਂ ਤੋਂ ਕਿਹੜਾ ਜ਼ਿਆਦਾ ਸੂਟ ਕਰੂੰਗਾ ਅਤੇ ਇੱਕ ਚੀਜ਼ ਹੋਰ ਮੈਂ ਛੋਟੀ ਜਿਹੀ ਐਡ ਕਰੂੰਗਾ ਇਹਦੇ ਇਲਾਵਾ ਲਾਈਫ ਸਟਾਈਲ ਮੈਨੇਜਮੈਂਟ ਮਸਟ ਹੈਗਾ ਕਿਉਂਕਿ ਲਾਈਫ ਸਟਾਈਲ ਠੀਕ ਨਹੀਂ ਕਰਾਂਗੇ ਤਾਂ ਜੋ ਮਰਜ਼ੀ ਆਪਾਂ ਟ੍ਰੀਟਮੈਂਟ ਕਰਾ ਲਈਏ ਸਟੈਂਟ ਬਾਈਪਾਸ ACT ECP ਸਭ ਚੀਜ਼ਾਂ ਨੇ ਅਰਲੀ ਫੇਲੀਅਰ ਹੋਣਾ ਉਹਦੇ ਬਾਅਦ ਇਹਦੇ ਨਾਲ ਬਲੋਕੇਜ ਕੇਸੀ ਤਾਂ ਘੱਟਦੀ ਹੈਗੀ ਲੇਕਿਨ ਇਹਨਾਂ ਸਾਰੇ ਟ੍ਰੀਟਮੈਂਟ ਦਾ ਮੇਨ ਪਰਪਸ ਜੋ ਹੈਗਾ ਉਹ ਹੈਗਾ ਕਿ ਛੋਟੇ ਬਲੱਡ ਵੈਸਲ ਦੇ ਥਰੂ ਜਿਹੜਾ ਹੈਗਾ ਬਲੱਡ ਫਲੋ ਵਧੇ ਛੋਟੇ ਬਲੱਡ ਵੈਸਲ ਡਾਇਲੇਟ ਹੁੰਦੇ ਹੈਗੇ ਕੁਝ ਨਵੇਂ ਬਣਦੇ ਹੈਗੇ ਤਾਂ ਕਿ ਜਿਹੜਾ ਮੇਨ ਦੇ ਬਲੋਕੇਜ ਹੈਗੀ ਉਹਨੂੰ ਇੱਕ ਮੇਕਅਪ ਕਰ ਰਹੇ ਇਹ ਸੋਚ ਲਓ ਜਿਵੇਂ TT ਰੋਡ ਬਲੋਕ ਦਾ ਅਸੀਂ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਉਹਨਾਂ ਨੂੰ ਕਲੀਅਰ ਕਰ ਰਹੇ ਉਦੋਂ ਬਲੱਡ ਫਲੋ ਵਧਾ ਰਹੇ ਉਹਨਾਂ ਦਾ ਸਾਈਜ਼ ਵੱਡਾ ਕਰ ਰਿਹਾ ਅਸੀਂ ਹਮੇਸ਼ਾ ਪ੍ਰੀਫਰ ਕਰਦੇ ਹਾਂ ਕਿ ਸ਼ੁਰੂ ਦੇ ਪੇਸ਼ੈਂਟ ਨਾਲ ਕੋਈ ਅਟੈਂਡੈਂਟ ਆਵੇ ਤੇ ਬਾਅਦ ਵਿੱਚ ਨਾਲ ਆਵੇ ਤਾਂ ਚੰਗਾ ਨਹੀਂ ਮੋਸਟਲੀ ਕਰ ਲਿਆ ਜਿੱਥੇ ਕਿ ਇੰਸ਼ੋਰੈਂਸ ਦਾ ਤਾਲੁਕ ਹੈਗਾ ਇਹ ਡਿਪੈਂਡ ਕਰਦਾ ਹੈਗਾ ਇੰਸ਼ੋਰੈਂਸ ਕੰਪਨੀ ਟੂ ਕੰਪਨੀ ਜਿਹੜਾ ਸਾਡੇ ਸਾਰੇ ਟ੍ਰੀਟਮੈਂਟ ਦੇ ਕਿਸੇ ਨਾ ਕਿਸੇ ਪੇਸ਼ੈਂਟ ਨੇ ਕਲੇਮ ਲਿਆ ਹੋਇਆ ਕਿਸੇ ਨੇ ਡਾਇਰੈਕਟ ਲਿਆ ਹੋਇਆ ਹੈਗਾ ਕਿਸੇ ਨੇ ਥਰੂ ਕੋਰਟ ਲਿਆ ਹੋਇਆ ਹੈਗਾ ਜਿਹੜਾ ECP ਟ੍ਰੀਟਮੈਂਟ ਹੈਗਾ ਤੇ ਸਾਈਟੋਟ੍ਰੋਨ ਆਰਥਰਾਇਟਿਸ ਦਾ ਕੈਂਸਰ ਵੀ ਦੱਸਿਆ ਸੀਗਾ ਜਿਹੜੀ ਬੈਂਕ ਇੰਪਲੋਈਜ਼ ਤੇ ਐਕਸ ਬੈਂਕ ਇੰਪਲੋਈਜ਼ ਦੀ ਇੰਸ਼ੋਰੈਂਸ ਪਾਲਿਸੀ ਹੈ ਉਹਨਾਂ ਦੀ ਗਰੁੱਪ ਪਾਲਿਸੀ ਉਹਦੇ ਡਾਇਰੈਕਟਲੀ ਉਹਨਾਂ ਲਿਖਿਆ ਹੈ ਕਿ ਦੇ ਆਰ ਕਵਰਡ ਐਸ OPD ਪ੍ਰੋਸੀਜਰ ਇੰਡੋਰ ਦੀ ਵੀ ਲੋੜ ਨਹੀਂ ਹੈਗੀ ਜਿਹਨਾਂ ਦੇ ਸਟੈਂਡ ਪਏ ਹੋਣ ਜਾਂ ਜਿਹਨਾਂ ਦਾ ਬਾਈਪਾਸ ਹੋ ਚੁੱਕਿਆ ਹੋਵੇ ਉਹਨਾਂ 'ਚ ਕੀਤਾ ਜਾ ਸਕਦਾ ਹੈਗਾ ਇਨਫੈਕਟ ਉਹਨਾਂ ਦੇ ਲਈ ਜੇ ਪਹਿਲੇ ਦੱਸਿਆ ਜਿੱਥੇ ਕਿ ਸਟੈਂਡ ਫੇਲ ਹੋ ਗਿਆ ਹੋਵੇ ਤੇ ਇਹ ਲਾਈਫ ਸੇਵਿੰਗ ਟ੍ਰੀਟਮੈਂਟ ਹੋ ਸਕਦਾ ਡਾਕਟਰ ਸਾਹਿਬ ਸਾਡੇ ਕਲਾਸ ਫੈਲੋ ਨੇ ਇੰਜੀਨੀਅਰ ਮਨਪ੍ਰੀਤ ਸਿੰਘ ਚਾਹਲ ਹਾਂਜੀ ਜਿਹਨੇ PSCB ਦੇ ਹਾਂਜੀ ਤੇ ਆਫੀਸਰਸ ਬੈਠੇ ਆ ਵੀ ਨੂੰ ਹੋ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਦੀ ਬਲੋਕੇਜ ਤੁਹਾਨੂੰ ਜ਼ਿਆਦਾ ਪਤਾ ਜਿਹੜੇ ਵੀ ਹੋਸਪਿਟਲ 'ਚੋਂ ਗਏ ਉਹ ਸਭ ਨੇ ਕਿਹਾ ਵੀ ਤੂੰ ਇਮੀਡੀਏਟਲੀ ਐਡਮਿਟ ਹੋ ਜਾ ਐਂਡ ਯੂ ਆਰ ਫਿਟ ਕੇਸ ਫਾਰ ਸਰਜਰੀ ਬਾਈਪਾਸ ਕਰਵਾਉਣਾ ਜੋ ਕਰਵਾਉਣਾ ਅਦਰਵਾਈਜ਼ ਐਨੀ ਮਿਸਐਪ ਕੈਨ ਹੈਪਨ ਨਹੀਂ ਤੁਹਾਡੇ ਕੋਲ ਆਇਆ ਉਹ ਪੂਰੀ ਫੁੱਲ ਟ੍ਰੀਟਮੈਂਟ ਲਈ ਆ ਉਸ ਨਾਲ ਗੱਲ ਹੋਈ ਹੈ ਅਤੇ ਉਹਨਾਂ ਦੇ ਟੋਟਲ ਰਿਜ਼ਲਟਸ ਇੰਪਰੂਵ ਹੋ ਗਏ ਨੇ
ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਮੇਨ ਬਲੋਕੇਟ ਓਪਨ ਹੋਈ ਉਹ ਘੱਟ ਗਈ, ਜਾਂ ਸਾਈਡ ਵੇਨਸ ਓਪਨ ਹੋਈਆਂ ਉਹ ਡਾਇਲੇਟ ਹੋ ਕੇ ਉਹ ਉਹਨੂੰ ਸਬਸਟੀਚਿਊਟ ਕਰਨ ਲੱਗ ਗਈਆਂ, ਐਂਡ ਹੀ ਇਜ਼ ਫੁੱਲੀ ਕਿਉਰਡ। ਐਜ਼ ਫਾਰ ਐਜ਼ ਜਿਹੜੀ ਕੰਪਨਸੇਸ਼ਨ ਦਾ ਉਹ ਕਹਿੰਦੇ ਯਾਰ ਜ਼ਿੰਦਗੀ ਬਚ ਗਈ, ਫਿਰ ਤਾਂ ਕੋਈ ਕੰਸੀਡਰੇਸ਼ਨ ਹੀ ਨਹੀਂ। ਬਟ ਸਟਿਲ ਵੀ ਕੈਨ ਐਨੀਬਡੀ ਕੈਨ ਟਾਕ ਟੂ ਹਿਮ। ਮਨਪ੍ਰੀਤ ਸਿੰਘ ਚਾਰ ਚੀਫ ਇੰਜੀਨੀਅਰ ਰਿਟਾਇਰਮੈਂਟ ਅਤੇ ਮੇਰੇ ਪੇਸ਼ੈਂਟ ਕਹਿੰਦੇ ਹੈਗੇ ਕਿ ਮੇਰੇ ਰਿਜ਼ਲਟ 100% ਜਾਂ 99% ਦਾ, ਮੈਂ 80-90 ਇਸ ਕਰਕੇ ਕਹਿੰਦਾ ਕਿਉਂਕਿ ਮੈਂ 80-90 ਕਿਸੇ ਨਾ ਕਿਸੇ ਜਰਨਲ ਦੇ ਵਿੱਚ ਕਿਸੇ ਬੁੱਕ ਦੇ ਲਿਖਿਆ ਦਿਖਾ ਸਕਦਾ। ਮੈਂ ਕੋਈ ਕਲੇਮ ਨਹੀਂ ਕਰਨਾ ਚਾਹੁੰਦਾ ਜਿਹੜਾ ਕਿ ਕੋਈ ਮੈਨੂੰ ਪੁੱਛੇ ਕਿ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਤਾਂ ਮੈਨੂੰ ਲਿਖਿਆ ਹੋਇਆ ਦਿਖਾ ਦਿਓ, ਕਿਉਂਕਿ ਮੇਰੇ ਪ੍ਰੋਫੈਸਰ ਮੈਨੂੰ ਹਮੇਸ਼ਾ ਕਹਿੰਦੇ ਸੀਗੇ ਕਿ ਲੈਟ ਮੈਂ ਆਈ ਸੀ ਵੇਅਰ ਇਟ ਇਜ਼ ਰਿਟਨ। ਜੋ ਵੀ ਮੈਂ ਹੁਣ ਕਿਹਾ ਹੈਗਾ ਪੂਰੇ ਲੈਕਚਰ ਦੇ ਵਿੱਚ, ਮੈਂ ਹਰ ਚੀਜ਼ ਲਿਖੀ ਹੋਈ ਕਿਸੇ ਜਰਨਲ ਦੇ ਵਿੱਚ ਜਾ ਕੇ ਬੁੱਕ ਚ ਦਿਖਾ ਸਕਦਾ। ਇੰਸੂਲੇਸ਼ਨ ਥੈਰੇਪੀ ਯੂਲੀ ਰਿਮੂਵਿੰਗ ਕੈਲਸ਼ੀਅਮ ਐਂਡ ਅਦਰ ਥਿੰਗਸ ਵਿਚ ਸਲਟ ਇਨ ਟੂ ਬਲੋਕਿੰਗ ਐਟਸੈਟਰਾ, ਇਟਸ ਵੈਰੀ ਲਾਈਕਲੀ ਡੈਟ ਸਮ ਅਦਰ ਯੂਸਫੁਲ ਮਿਨਰਲ ਮੇ ਆਲਸੋ ਬੀ ਰਿਮੂਵਡ। ਯੈਸ ਯੂ ਆਰ ਰਾਈਟ, ਸਮ ਯੂਸਫੁਲ ਮਿਨਰਲਸ ਆਰ ਰਿਮੂਵਡ, ਨਾਟ ਮੇ ਬੀ ਰਿਮੂਵਡ, ਫੋਰ ਦੈਟ ਵੀ ਹੈਵ ਟੂ ਗਿਵ ਸਮ ਸਪਲੀਮੈਂਟ ਐਂਡ ਮੇਕਅਪ। ਫਸਟ ਚੈੱਕਅਪ ਇਜ਼ ਰਿਕੁਆਇਰਡ ਟੂ ਫਾਈਂਡ ਆਊਟ ਵੇਅਰ ਇਜ਼ ਵਾਟ। Yes, without test, I do not treat any patient. The test may be done anywhere. Mere har prescription te do cheezan likhiya hoyiyan ki jehde test hai ke patient jitho marzi kara sakda hai ga, te medicines jitho marzi le sakda hai ga kise bhi brand di koi bhi generic, mere har prescription de utte eh likhiya hoya hai। Nahi, first check up waste kede kede test karane hunde? First test de layi ਜੇ ਪਹਿਲੇ ਵੀ ਮੈਂ ਦਿਖਾਇਆ ਸੀਗਾ, ਬਲੱਡ ਟੈਸਟ, ਬੇਸਿਕ ਬਲੱਡ ਟੈਸਟ, ECG, ਈਕੋਕਾਰਡੀਓਗ੍ਰਾਫੀ, ਜੇ ਪੇਸ਼ੈਂਟ ਫਿੱਟ ਹੈਗਾ ਚੱਲਣ ਦੇ ਤਾਂ TMT। ਲੇਕਿਨ ਮੈਂ ਪਰਸਨਲੀ ਸੋਚਦਾ ਕਿ TMT ਦਾ ਬਹੁਤ ਵੱਡਾ ਰੋਲ ਨਹੀਂ ਹੈਗਾ, ਕਿਉਂਕਿ 99 ਗੋਡੇ ਵੀ ਪਲੱਸ 99% ਪੇਸ਼ੈਂਟ ਦਾ ਪਹਿਲੇ ਹੀ ਕਹਿ ਰਹੇ ਕਿ ਸਾਨੂੰ ਚੱਲਣ ਦੇ ਦਰਦ ਹੋ ਰਿਹਾ, TMT ਦਾ ਕੋਈ ਰੋਲ ਨਹੀਂ ਰਿਹਾ। ਤੇ ਮੇਨ ਜਿਹੜਾ ਹੈਗਾ ਉਹ ਕਾਰਡੀਓਵੈਸਕੁਲਰ ਕਾਰਟੋਗ੍ਰਾਫੀ ਹੈਗਾ ਜਿਹੜਾ ਬਲੱਡ ਫਲੋ ਦੱਸਦਾ ਹੈਗਾ, ਇਹਦੇ ਇਲਾਵਾ ਟੈਸਟ ਐਕਸਰੇ ਜਿੱਥੇ ਰਿਕੁਆਇਰਮੈਂਟ ਹੋਵੇ ਉਹ ਹੈ। ਆਂਡਾ ਸਰ ਜਿਹੜੇ ਸੀਨੀਅਰ ਸਿਟੀਜ਼ਨ ਆ ਅਬਵ 60 ਆਈ ਵਿਲ ਸੇ, ਜਿਹੜਾ ਹਰ ਰੋਜ਼ 7-8 ਕਿਲੋਮੀਟਰ ਤੁਰ ਸਕਦਾ, 4-5 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਤੁਰਦਾ, ਕੋਈ ਸਾਹ ਨਹੀਂ ਕੱਢਦਾ, ਇਸੇ ਤਰ੍ਹਾਂ ਘੰਟਾ ਡੇਢ ਘੰਟਾ ਰੈਗੂਲਰਲੀ ਫਿਰ ਵੀ ਸਾਹ ਨਹੀਂ ਕੱਢਦਾ, ਕੀ ਉਸ ਨੂੰ ਭਾਵੇਂ ਉਹਦਾ ਬਾਈਪਾਸ ਜਾਂ ਸਟੈਂਟ ਹੋਇਆ ਜਾਂ ਨਹੀਂ ਹੋਇਆ, ਤੁਹਾਡੇ ਇਹਨਾਂ ਟ੍ਰੀਟਮੈਂਟਸ ਦੀ ਲੋੜ ਹੈ ਜਾਂ ਕਿਸੇ ਟੈਸਟ ਦੀ ਲੋੜ ਹੈ, ਤੇ ਜਾਂ ਉਹਦਾ ਰੋਜ਼ ਦਾ ਟੈਸਟ ਹੋ ਜਾਂਦਾ ਵੀ ਇਹ ਗੱਲਾਂ ਬਿਨਾਂ ਸਾਹ ਜਿਹੜੇ ਤੋਂ ਬਿਨਾਂ ਥਕੇਵੇਂ ਤੋਂ ਕਰਦੇ? ਇਹਦੇ ਵਿੱਚ ਹੈਗਾ ਇੱਕ ਸਟੇਜ ਹੁੰਦੀ ਹੈ ਜਦਕਿ ਬਿਮਾਰੀ ਹੈਗੀ ਲੇਕਿਨ ਕਲੀਨਿਕਲੀ ਨਹੀਂ ਨਜ਼ਰ ਆ ਰਹੀ, ਉਹਦੇ ਬਾਅਦ ਸਟੇਜ ਜਿੱਥੇ ਕਲੀਨਿਕਲੀ ਨਜ਼ਰ ਆਉਂਦੀ ਹੈਗੀ, ਤੇ ਜਸਟ ਸਭ ਕਲੀਨਿਕਲ ਹੈਗਾ, ਮੈਂ ਸੋਚ ਕੇ ਚੱਲਦਾ ਕਿ ਆਪਾਂ ਸਾਰਿਆਂ ਨੂੰ ਹੈਗਾ ਉਹਦੇ ਲਈ ਬੈਸਟ ਹੈਗਾ ਕਿ ਆਪਾਂ ਟੈਸਟ ਕਰਕੇ ਦੇਖ ਲਈਏ ਸੀਸੀ ਟੈਸਟ ਕੀ ਹਾਰਟ ਨੂੰ ਡਾਕਟਰ ਕੋਲ ਕਿੰਨਾ ਹੈਗਾ, ਜੇ ਨੋਰਮਲ ਹੈਗਾ ਕੁਛ ਕਰਨ ਦੀ ਲੋੜ ਨਹੀਂ ਹੈਗੀ, ਜੇ ਐਬਨੋਰਮਲ ਹੈਗਾ ਤਾਂ ਕਰ ਲੈਣਾ ਚਾਹੀਦਾ ਹੈਗਾ, ਜਾਂ ਉਹ ਪੇਸ਼ੈਂਟ ਜਾਂ ਇਨਸਾਨ ਮੈਂ ਕਹੂੰਗਾ ਜਿਹੜੇ ਅਜੇ ਪੇਸ਼ੈਂਟ ਨਹੀਂ ਹੈਗੇ ਜਿਹਨਾਂ ਨੂੰ ਕਿ ਹਾਇਰ ਰਿਸਕ ਹੈਗਾ, ਓਵਰ ਵੇਟ ਹੈਗੇ, ਫੈਮਿਲੀ ਟੈਨਸ਼ਨ ਹੈਗੀਆਂ, ਫੈਮਿਲੀ ਹਿਸਟਰੀ ਹੈਗੀ ਸਮੋਕਿੰਗ ਆ, ਡਾਇਬਟੀਜ਼ ਆ, ਹਾਈਪਰ ਟੈਨਸ਼ਨ ਆ, ਜਿਹੜੇ ਰਿਸਕ ਵਾਲੇ ਪੇਸ਼ੈਂਟਸ ਹੈਗੇ ਉਹਨਾਂ ਤੋਂ ਜ਼ਰੂਰ ਕਰ ਲੈਣਾ ਚਾਹੀਦਾ। ਨਰਵ ਦੀ ਵੀਕਨੈਸ ਜਿਹੜੀ ਹੈਗੀ ਜੋ ਬਹੁਤ ਜ਼ਿਆਦਾ ਉਹਦੇ ਵਿੱਚ ਇੰਪਰੂਵਮੈਂਟ ਨਹੀਂ ਆਉਂਦੀ।
ब्लड फ्लो चेकअप दर्द डिटेक्ट हार्ट का जो है वो ईसीजी आमतौर पर डिटेक्ट हो जाता है एल बी 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 ये है और इसका कोई ट्रीटमेंट है हार्ट के दो सिस्टम देंगे एक हैगा फ्यूल सिस्टम पेट्रोल सिस्टम या ब्लड फ्लो सिस्टम दूसरा इलेक्ट्रिक सिस्टम जेड़ा हैगा जिवें स्कूटर या कार दे विच फ्यूल हैगा ते इलेक्ट्रिक का जेड़ा फ्यूल वाला सिस्टम हैगा जे ओदे ब्लॉकेज होवे ते कार या स्कूटर हौली 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 किते चलू किते रुकू किते चलू किते रुकू जेड़ा इलेक्ट्रिक सिस्टम हैगा ਉਹ ਜੇ ਖਰਾਬ ਬੰਦ ਹੋ ਜੇ ਤੇ ਇਮੀਡੀਏਟਲੀ ਰੁਕ ਜਿਹੜੇ ਆਪਾਂ ਅਕਸਰ ਸੁਣਦੇ ਹੈਗੇ ਪੇਸ਼ੈਂਟ ਜਾਂ ਕੋਈ ਸੀਗਾ ਟੈਸਟ ਹੈ ਸਭ ਕੁਝ ਠੀਕ ਸੀ ਰਾਤ ਨੂੰ ਠੀਕ ਸੁੱਤਾ ਸਵੇਰੇ ਨਹੀਂ ਉੱਠਿਆ ਉਹ ਇਲੈਕਟ੍ਰਿਕ ਐਕਟੀਵਿਟੀ ਵਾਲਾ ਬਲੋਕ ਜਿਹੜਾ ਹੈਗਾ ਲੈਫਟ ਬੰਡਲ ਬ੍ਰਾਂਚ ਬਲੋਕ ਇਹ ਡਰਨ ਵਾਲੀ ਕੋਈ ਗੱਲ ਨਹੀਂ ਉਹਦੇ ਵਿੱਚ ਇਹਦਾ ਮਤਲਬ ਹੈਗਾ ਕਿ ਕੋਈ ਤਾਰ ਹੈਗੀ ਨਰਵ ਹੈਗੀ ਜਿੱਥੋਂ ਕਿ ਇਲੈਕਟ੍ਰਿਕ ਕਰੰਟ ਠੀਕ ਨਹੀਂ ਜਾ ਰਿਹਾ ਹੈਗਾ ਉਹ ਬਲੋਕ ਲੇਕਿਨ ਨੇਚਰ ਹੈਗਾ ਜਿਹੜਾ ਕਿ ਆਲਟਰਨੇਟਿਵ ਚੈਨਲ ਬਣਾ ਦਿੰਦਾ ਹੈਗਾ ਲੈਫਟ ਬੰਡਲ ਬ੍ਰਾਂਚ ਐਸ ਸੱਚ ਵਿਦਆਊਟ ਐਨੀ ਅਦਰ ਸਿਸਟਮ ਕੁਛ ਕਰਨ ਦੀ ਲੋੜ ਨਹੀਂ ਹੈ ਲੈਫਟ ਬੰਡਲ ਬ੍ਰਾਂਚ ਬਲੋਕ ਇੱਕ ਹੋਰ ਕੁਐਸਚਨ ਕਿੰਨੀ ਪਰਸੈਂਟ ਬਲੋਕੇਜ ਨੂੰ ਕ੍ਰਿਟੀਕਲ ਕਿਹਾ ਜਾ ਸਕਦਾ ਜੇ ਆਪਾਂ ਬੈਠੇ ਹੈਗੇ ਨੋਰਮਲ ਐਕਟੀਵਿਟੀ ਕੁਛ ਨਹੀਂ ਹੋ ਰਿਹਾ ਨਥਿੰਗ ਇਜ਼ ਟੂ ਬੀ ਡਨ ਜੇ ਆਪਾਂ ਤੁਰਦੇ ਹੈਗੇ ਤੇ ਚੱਲਣ ਦੇ ਉੱਤੇ ਕੋਈ ਪ੍ਰੋਬਲਮ ਆ ਰਿਹਾ ਹੈਗਾ ਤੇ ਸੋਚੋ ਕਿ 70-80% ਦੇ ਕੋਈ ਬਲੋਕੇਜ ਹੈ ਜੇ ਆਪਣਾ ਭੱਜਣ 'ਚ ਹੋ ਰਿਹਾ ਹੈਗਾ ਪਰ ਜੇ ਭੱਜਣ 'ਚ ਹੋ ਰਿਹਾ ਤਾਂ 70-80 ਜੇ ਆਰਾਮ ਨਾਲ ਤੁਰਨ 'ਚ ਹੋ ਰਿਹਾ ਹੈਗਾ ਤੇ 80-90 ਸੋਚ ਲਓ ਜੇ ਬੈਠੇ ਬੈਠੇ ਹੋ ਰਿਹਾ ਹੈਗਾ ਤੇ ਮੋਰ ਦੈਨ 90 ਬਲੋਕੇਜ ਮੈਂ ਫੇਰ ਰਿਪੀਟ ਕਰੂੰਗਾ ਕ੍ਰਿਟੀਕਲ ਨਹੀਂ ਹੈਗੀ ਕਿਉਂਕਿ ਜਦੋਂ ਆਲਟਰਨੇਟਿਵ ਚੈਨਲ ਦਾ ਹੀ ਬਲੱਡ ਜਾ ਰਿਹਾ ਹੈਗਾ ਬਲੋਕੇਜ ਦਾ ਮਤਲਬ ਖਤਮ ਹੋ ਗਿਆ ਇੱਕ ਕਿਸਾਨ ਹੈਗਾ ਉਹਨੂੰ ਇਹ ਨਹੀਂ ਮਤਲਬ ਹੈਗਾ ਕਿ ਨਹਿਰ 'ਚ ਕਿੰਨਾ ਪਾਣੀ ਹੈ ਉਹਨੂੰ ਇਹ ਮਤਲਬ ਹੈਗਾ ਕਿ ਮੇਰੇ ਖੇਤ ਨੂੰ ਕਿੰਨਾ ਪਾਣੀ ਮਿਲੇਗਾ ਹਾਰਟ ਨੂੰ ਇਹ ਨਹੀਂ ਮਤਲਬ ਹੈਗਾ ਕਿ ਬਲੋਕੇਜ ਕਿੰਨਾ ਉਹਨੂੰ ਹੈਗਾ ਕਿ ਮੇਰੇ ਮਸਲ ਨੂੰ ਹਾਰਟ ਨੂੰ ਕਿੰਨਾ ਕੰਟਰੋਲ ਮਿਲ ਰਿਹਾ ਚਾਹੇ ਉਹ ਮੇਨ ਬਲੱਡ ਪ੍ਰੈਸ਼ਰ ਸਹੀ ਆ ਜਾਵੇ ਚਾਹੇ ਛੋਟੇ ਬਲੱਡ ਪ੍ਰੈਸ਼ਰ ਸਹੀ ਆ ਜਾਵੇ ਕ੍ਰਿਟੀਕਲ ਮੈਂ ਉਹ ਕਹੂੰਗਾ ਕਿ ਜਿਹੜਾ ਕਿ ਬੈਠੇ ਬੈਠੇ ਉਹਨੂੰ ਤਕਲੀਫ ਹੋ ਰਹੀ ਹੋਵੇ ਜਾਂ ਨਾਰਮਲ ਐਕਟੀਵਿਟੀ ਉਹਦੀ ਹੈਪਰ ਹੋ ਰਹੀ ਹੋਵੇ ਪੇਸ਼ੈਂਟ ਬੈਡ ਤੇ ਪਿਆ ਹੈਗਾ ਤੇ ਲੱਤਾਂ ਨੂੰ ਟ੍ਰੈਕਸ਼ਨ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਆਪਾਂ ਬੈਡ ਤੇ ਪਏ ਹੈਗੇ ਜਿਹੜੇ ਆਪਣੇ ਬਟਨਸ ਹੈਗੇ ਉਹ ਬੈਡ ਤੇ ਹੈਗੇ ਤੇ ਜਿੰਨਾ ਪੁੱਲ ਹੈਗਾ ਟ੍ਰੈਕਸ਼ਨ ਦਿੱਤਾ ਜਾ ਰਿਹਾ ਉਹ ਉੱਥੇ ਖਤਮ ਹੋ ਜਾਂਦਾ ਹੈਗਾ ਤੇ ਸਪਾਈਨ ਤੱਕ ਨਹੀਂ ਪਹੁੰਚਦਾ ਇਹਦੇ ਕਾਰਨ ਜਿਹੜਾ ਹੈਗਾ ਉਹਦੀ ਇਫੈਕਟਿਵਨੈਸ ਓਨੀ ਨਹੀਂ ਹੁੰਦੀ ਜਿੰਨੀ ਕਿ ਆਪਾਂ ਐਕਸਪੈਕਟ ਕਰਦੇ ਹਾਂ ਉਹਦੇ ਦੋ ਤਿੰਨ ਪੈਟਰਨ ਦਾ ਇੱਕ ਤਾਂ ਹੈਗਾ ਕਿ ਇੰਨਾ ਪਾਰਟ ਬੈਡ ਦਾ ਹੋਵੇ ਹੀ ਨਾ ਜਾਂ ਇਨਵਰਸ਼ਨ ਟੇਬਲ ਆ ਰਹੇ ਹੈਗੇ ਉਹ ਯੂਜ ਕੀਤੇ ਜਾ ਸਕਦੇ ਹੈਗੇ ਜਾਂ ਜੋ ਸਾਡੇ ਕੋਲ ਹੈਗਾ ਇਹਦਾ ਉਹ ਹੈਗਾ ਪਿੱਛੇ ਰੋਲਰ ਹੈਗੇ ਰੋਲਰ ਦੇ ਕਾਰਨ ਉਹ ਮੂਵ ਕਰ ਰਿਹਾ ਤੇ ਬਾਡੀ ਥੋੜ੍ਹੀ ਜਿਹੀ ਬੈਡ ਦਾ ਲੋ ਉੱਤੇ ਰਹਿੰਦੀ ਹੈਗੀ ਤਾਂ ਕਿ ਇਫੈਕਟਿਵਨੈਸ ਇੰਪਰੂਵ ਹੋ ਜਾਏ ਲੇਕਿਨ ਇੱਕ ਕਾਫੀ ਡਿਫੀਕਲਟ ਟੂ ਟ੍ਰੀਟ ਪ੍ਰੋਬਲਮ ਹੈਗਾ ਤੇ ਬਹੁਤ ਸਾਰੇ ਪੇਸ਼ੈਂਟ ਸਭ ਕੁਝ ਦੇ ਬਾਵਜੂਦ ਨਹੀਂ ਠੀਕ ਹੁੰਦੇ ਲੇਕਿਨ ਇਟ ਇਜ਼ ਵਰਥ ਇਟ ECG ਨੂੰ ਕੋਈ 10 ਮਿੰਟ CCG ਟੈਸਟ ਨੂੰ ECG 200 ਤੇ CCG ਜਿਹੜਾ ਹੈਗਾ ਉਹ 5000 ਹੈਗਾ ਜਿਹੜਾ ਨਾਸਾ ਜਨਰਲ ਇਨਫੋਰਮੇਸ਼ਨ ਦੇ ਰਿਹਾ ਹੈਗਾ ਉਹਨੂੰ ਕੋਈ 20 ਮਿੰਟ ਲੱਗਦੇ ਹੈਗੇ ECG ਦੀ ਰਿਪੋਰਟ ਵਿਜਿਟ ਮਿਲ ਜਾਂਦੀ ਹੈਗੀ CCG ਦੀ ਰਿਪੋਰਟ ਕੋਈ ਅੱਧੇ ਘੰਟੇ ਮਿਲ ਜਾਂਦੀ ਹੈ
ਬਲੱਡ ਟੈਸਟ ਦੀ ਰਿਪੋਰਟ ਸਵੇਰੇ ਦਿਓ ਤੇ ਸ਼ਾਮ ਤੱਕ ਜੀ ਡਾਕਟਰ ਸਾਹਿਬ ਜਿੱਦਾਂ ਗਲੋਬਲ ਹਰਟ ਚਾਲ ਉਹਨਾਂ ਨੇ ਕੰਪਲੀਟ ਰੇਂਜ ਬਣਾਈ ਹੈ ਹਰਟ ਟੈਸਟਿੰਗ ਉੱਥੇ ਐਡਾ ਤੁਹਾਡੀ ਕੋਲ ਫੈਸਿਲਿਟੀ ਹੈ ਨਹੀਂ ਉਹ ਨਹੀਂ ਅਸੀਂ ਬਲੀਵ ਕਰਦੇ ਹਾਂ ਕਿ ਹਰ ਟੈਸਟ ਜਿਹੜੇ ਹੈਗੇ ਹਰ ਟ੍ਰੀਟਮੈਂਟ ਉਹ ਇੰਡੀਵਿਜੁਅਲਾਈਜ਼ ਹੋਣੀ ਚਾਹੀਦੀ ਹੈ ਨਹੀਂ ਜਦੋਂ ਪੇਸ਼ੈਂਟ ਆਉਂਦਾ ਉਹਨੂੰ ਅਸੈਸ ਕਰਕੇ ਤਾਂ ਪਤਾ ਲੱਗ ਜਾਂਦਾ ਨਾ ਕਿ ਪ੍ਰੋਬਲਮ ਹੋ ਸਕਦੀ ਹੈ ਨਹੀਂ ਪਹਿਲੇ ਤਾਂ ਤੁਹਾਡੀ ਹਿਸਟਰੀ ਦੱਸੋ ਠੀਕ ਹੈ ਉਹ ਹਿਸਟਰੀ ਦੇ ਬੇਸ ਦੇ ਉੱਤੇ ਆਪਾਂ ਪਲੈਨਿੰਗ ਕਰਾਂਗੇ ਤੁਸੀਂ ਖਾਣਾ ਨੀ ਹੈਗਾ ਤੇ ਸਭ ਕੁਛ ਕਰਤਾ ਖਾ ਨੀ ਰਹੇ ਮਕੈਨੀਕਲ ਚੀਜ਼ ਦਾ ਆਨਸਰ ਮਕੈਨੀਕਲ ਬਾਕੀ ਆਪਾਂ ਚਾਹ ਦੇ ਉੱਤੇ ਫਿਰ ਵਹੀ ਕਰ ਇੰਡੀਵਿਜੁਅਲ ਯਾਰ ਦਿਸ ਇਜ਼ ਦੀ ਫਰਸਟ ਕੁਐਸਚਨ ਹਾਂਜੀ ਇਫ ਦਾ ਹਾਰਟ ਰੇਟ ਇਜ਼ 65 ਵਨ ਕੇ ਇਜ਼ ਦਾ ਅਦਰ ਵਨ ਇਜ਼ 90 ਦੈਨ ਡਸ ਇਟ ਇੰਡੀਕੇਟ ਸਮ ਦੀ ਹੈਲਥ ਆਈ ਥਿੰਕ ਹੈਲਥ ਆਫ ਹਾਰਟ ਇਹ ਹਾਰਟ ਰੇਟ ਬਿਨਾ ਕਾਰਨ ਦੇ ਜ਼ਿਆਦੇ ਹੈਗਾ ਇਹ ਦੇਖਿਆ ਗਿਆ ਹੈਗਾ ਕਿ ਉਹ ਜਿਹੜੇ ਹੈਗੇ ਹਾਰਟ ਪ੍ਰੋਬਲਮ ਲਈ ਜ਼ਿਆਦਾ ਉਪਯੋਗ ਨਹੀਂ ਹੈਗੇ 60 ਦਾ ਕੋਈ ਪ੍ਰੋਬਲਮ ਨਹੀਂ ਹੈਗਾ ਤੇ 90 ਰਹਿ ਰਿਹਾ ਹੈਗਾ ਹਮੇਸ਼ਾ ਰਹਿ ਰਿਹਾ ਹੈਗਾ ਇਹ ਨਹੀਂ ਕਿ ਆਪਾਂ ਭੱਜੇ ਦੇ ਉਸ ਵਕਤ ਹੋ ਗਿਆ ਤੇ 90 ਰਹਿ ਰਿਹਾ ਇਹਦਾ ਕਿ ਆਪਾਂ ਨੂੰ ਕੁਝ ਤਾਂ ਚੈੱਕ ਕਰਨਾ ਚਾਹੀਦਾ ਹੈ ਕਿ ਕੀ ਪ੍ਰੋਬਲਮ ਐਨੀ ਅਦਰ ਕੁਐਸਚਨ ਸਰ ਜੋ ਪੇਸ਼ੈਂਟ ਦੀ ਹਾਰਟ ਬੀਟ ਵੱਧ ਜਾਂਦੀ ਹੈ ਔਰ ਜਦ ਟੈਸਟ ਹੋਤਾ ਹੈ ਉਸ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਤੋਂ ਰਿਪੀਟ ਕਰੀਏ ਹਾਰਟ ਬੀਟ ਵੱਧ ਜਾਂਦੀ ਹੈ ਹਾਂ ਜੀ ਮਤਲਬ ਜਿਵੇਂ 75 ਹੋਣੀ ਚਾਹੀਦੀ ਸੀ ਤਾਂ ਇਹ 150 ਤੱਕ ਹੋ ਜਾਂਦੀ ਹੈ ਦੇਖਿਆ ਜਾਂਦਾ ਕਿ ਐਕਸਟਰਾ ਕਰੰਟ ਕਿੱਥੋਂ ਆ ਰਿਹਾ ਹੈਗਾ ਤੇ ਉਹਨੂੰ ਜੇ ਕੁਛ ਕਾਰਨ ਤਾਂ ਹੈਗਾ ਜਿਵੇਂ ਕਿ ਥਾਇਰੋਇਡ ਵਗੈਰਾ ਦਾ ਹੈਗਾ ਉਹਦੇ ਕਾਰਨ ਹੋ ਜਾਂਦਾ ਹੈਗਾ ਨਹੀਂ ਤਾਂ ਤਾਰ ਪਾ ਕੇ ਉੱਥੇ ਰੇਡੀਓ ਫ੍ਰੀਕੁਐਂਸੀ ਅਬਲੇਸ਼ਨ ਰੇਡੀਓ ਫ੍ਰੀਕੁਐਂਸੀ ਦੇ ਨਾਲ ਜਿੱਥੇ ਉਹ ਐਕਸੈਸ ਕਰੰਟ ਆ ਰਿਹਾ ਉਹਨੂੰ ਚਲਾ ਕੇ ਠੀਕ ਕੀਤਾ ਜਾਂਦਾ ਹੈਗਾ ਲੇਕਿਨ ਉਹ ਸਾਰਾ ਨਾ ਹਾਇਰ ਟੈਸਟ ਦੇ ਬਾਅਦ ਆਉਣਾ ਹੈ ਬੇਸਿਕ ਟੈਸਟ ਹੁੰਦੇ ਹੈ ਨਾ ਉਹਦੇ ਹਾਇਰ ਟੈਸਟ ਹੈਗੇ ਬੰਬੇ ਦੇ ਵਿੱਚ ਵੀ ਡਾਕਟਰ ਦੀਪਕ ਚਤੁਰਵੇਦੀ ਹੈਗੇ ਜਿਹੜੇ ਕਿ ਇਜ਼ ਮਾਸਟਰ ਇਨ ਦਿਸ ਗੁੱਡ ਫਰੈਂਡ ਆਫ ਮਾਈਨ
ਉਹਦੇ ਪਹਿਲਾਂ ਦੇਖਦੇ ਹੈਗੇ ਕਿ ਬੇਸਿਕਲੀ ਇਹ ਸਭ ਲਾਈਫ ਸਟਾਈਲ ਅਤੇ ਹਾਰਮੋਨ ਨਾਲ ਰਿਲੇਟਡ, ਪਹਿਲੇ ਅਸੈਸ ਕਰਦੇ ਹੈਗੇ ਲਾਈਫ ਸਟਾਈਲ ਨਾਲ ਹਾਰਮੋਨਸ, ਅਤੇ ਲਾਈਫ ਸਟਾਈਲ ਉਹਦੇ ਨਾਲ ਚੇਂਜ ਕਰਦੇ ਹੈਗੇ, ਨਾਲ ਜਿਹੜੇ ਹਾਰਮੋਨਸ ਹੈਗੇ ਅੱਜ ਕੱਲ੍ਹ ਬਾਇਓ ਆਇਡੈਂਟੀਕਲ ਹਾਰਮੋਨਸ ਆ, ਜਿਹੜੇ ਕਿ ਕੈਮੀਕਲ ਵਾਲੇ ਨਹੀਂ ਹੈਗੇ, ਜਿਹੜੀ ਘਾਟ ਹੋਵੇ ਤਾਂ ਉਹ ਨਾਲ ਦਿੰਦੇ ਆ। ਇੱਕ ਤਾਂ ਇਹ, ਦੂਜਾ ਹੈਗਾ ਕਿ ਡੀਟੋਕਸੀਫਿਕੇਸ਼ਨ ਐਂਡ ਨਿਊਟ੍ਰੀਐਂਟਸ, ਇਹਨਾਂ ਦਾ ਰੋਲ ਹੈਗਾ। ਜਿਹੜੇ ਅਸੀਂ ਟੈਸਟ ਕਰ ਰਹੇ ਹਾਂ ਇੱਥੇ ਬਾਈ ਬੈਟਰੀਸ ਟੈਸਟ ਕਰ ਰਹੇ ਹੈਗੇ, ਜੇ ਉਹਦੇ 'ਚ ਕੋਈ ਐਕਸੈਸ ਹੋਵੇ ਉਹਨੂੰ ਡਿਕਰੀਜ਼ ਕਰਨਾ, ਜਿਹੜੇ ਵਿਟਾਮਿਨਸ ਘੱਟ ਹੋਣ ਜਾਂ ਮਿਨਰਲਸ ਉਹਨਾਂ ਨੂੰ ਘੱਟ ਕਰਨਾ। ਜਹਾਂ ਤੱਕ ਨੁਕਸਾਨ ਕੀ ਬਾਤ ਹੈ, ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਦੁਨੀਆ ਦੀ ਕੋਈ ਟ੍ਰੀਟਮੈਂਟ ਨਹੀਂ ਹੈਗੀ ਜਿਹਦਾ ਕੋਈ ਨਾ ਕੋਈ ਨੁਕਸਾਨ ਨਾ ਹੋਵੇ। ਆਯੁਰਵੈਦਿਕ, ਹੋਮਿਓਪੈਥਿਕ, ਆਯੁਰਵੈਦਿਕ, ਐਵਰੀਥਿੰਗ। ਮੈਂ ਇਨਫੈਕਟ ਮੈਂ ਇੱਕ ਬੁੱਕ ਪੜ੍ਹੀ ਸੀਗੀ ਹੋਮਿਓਪੈਥੀ ਦੀ, ਉਹ 'ਚ ਉਹਨਾਂ ਲਿਖਿਆ ਸੀਗਾ ਕਿ ਆਈ ਵਿਲ ਫੀਲ ਸੇਫਰ ਇਨ ਦਾ ਪ੍ਰੈਜੈਂਸ ਆਫ ਇਟੋਲੀਸ਼ਨ ਆ ਗਿਆ, ਮੈਂ ਕਰਕੇ ਮੈਂ ਮਾਫ਼ੀ ਚਾਹੂੰਗਾ, ਇਨ ਦਾ ਨਾਈਫ ਇਨ ਦਾ ਹੈਂਡ ਆਫ ਅ ਨੀਗਰੋ ਆਈ ਫੀਲ ਸੇਫਰ ਦੈਨ ਅ ਹੋਮਿਓਪੈਥਿਕ ਮੈਡੀਸਨ ਗਿਵਨ ਬਾਈ ਅਨਐਜੂਕੇਟਿਡ। ਇਸ ਕਰਕੇ ਐਵਰੀ ਜਿਹੜੀ ਹੈਗੀ ਟ੍ਰੀਟਮੈਂਟ ਐਜ ਸਾਈਡ ਇਫੈਕਟਸ, ਗੱਲ ਹੈਗੀ ਕਿ ਬਿਮਾਰੀ ਦਾ ਆਪਣਾ ਨੁਕਸਾਨ ਹੈਗਾ, ਦਵਾਈ ਦਾ ਆਪਣਾ ਨੁਕਸਾਨ ਆ, ਅਸੀਂ ਬੈਲੈਂਸ ਕਰਨਾ ਕਿ ਘੱਟ ਹੀ ਦਾ ਹੈਗਾ। ਇਸ ਕਰਕੇ ਜਿਹੜਾ ਹੈਗਾ ਰੇਡੀਓ ਤੋਂ ਜਿਹੜਾ ਬ੍ਰੇਨ ਸੋ ਆਈ ਥਿੰਕ ਅ ਬਿਗ ਅਪਲਾਜ਼ ਇਜ਼ ਰਿਕੁਆਇਰਡ ਫਾਰ ਡਾਕਟਰ ਸਾਹਿਬ ਐਂਡ ਉਹਨਾਂ ਦੇ ਸਾਰੇ ਸਾਥੀਆਂ। Thank you.